ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਇਨ ਦਾ ਟਰਨ ਬਾਏ ਕਮਲ। ਮੈਂ ਹਾਂ ਤੁਹਾਡਾ ਕਮਲ ਅਤੇ ਅੱਜ ਦਾ ਨਵਾਂ ਐਪੀਸੋਡ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ। ਇਸ ਐਪੀਸੋਡ 'ਚ ਮੈਂ ਦੱਸਾਂਗਾ ਕਿਸ ਤਰੀਕੇ ਨਾਲ ਤੁਸੀਂ ਪਰਨਾ ਬਣ ਸਕਦੇ ਹੋ, ਕਿਉਂਕਿ ਆਮ ਤੌਰ 'ਤੇ ਮੈਨੂੰ ਸਾਰੇ ਵੀਰ ਇਹੀ ਕਹਿੰਦੇ ਕਿ ਪਰਨਾ ਬਣਨਾ ਸਿਖਾਓ ਆਸਾਨ ਤਰੀਕੇ ਨਾਲ, ਕੋਈ ਇੱਦਾਂ ਦਾ ਆਸਾਨ ਤਰੀਕਾ ਹੋਵੇ ਜਿਹਦੇ ਨਾਲ ਅਸੀਂ ਪਰਨਾ ਬਣ ਸਕੀਏ 2 ਮਿੰਟਾਂ 'ਚ। ਅਤੇ ਪਰਨਾ ਤੁਸੀਂ ਦੇਖਿਆ ਹੋਏਗਾ YouTube 'ਤੇ ਬਹੁਤ ਸਾਰੀ ਵੀਡੀਓ ਹੈਗੀ ਪਰਨਾ ਬਣਨ ਦੀਆਂ, ਪਰ ਜਿਹੜਾ ਸਟਾਈਲ ਮੈਂ ਅੱਜ ਤੁਹਾਨੂੰ ਦੱਸਾਂਗਾ ਇਹ ਬੜਾ ਸੌਖਾ ਤਰੀਕਾ ਹੈਗਾ ਪਰਨਾ ਬਣਨ ਦਾ, ਅਤੇ ਇਹਦੇ ਵਾਸਤੇ ਤੁਹਾਨੂੰ ਕੋਈ ਟਾਈਮ ਨਹੀਂ ਲੱਗੇਗਾ, ਪਰਨਾ ਤੁਸੀਂ ਬੜੇ ਆਰਾਮ ਨਾਲ ਬਣ ਸਕਦੇ ਹੋ। ਪਹਿਲੀ ਗੱਲ ਤਾਂ ਇਹ ਹੈਗਾ ਕਿ ਤੁਸੀਂ ਇਹ ਨਾ ਸੋਚਿਆ ਕਰੋ ਕਿ ਸਾਡੇ ਤੋਂ ਬੰਨਿਆ ਨਹੀਂ ਜਾ ਰਿਹਾ, ਕੋਈ ਗੱਲ ਨਹੀਂ। ਤੁਸੀਂ ਸਟਾਰਟਿੰਗ 'ਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਬੰਨਦੇ ਰਹੋ, ਪ੍ਰੈਕਟਿਸ ਕਰਦੇ ਰਹੋ, ਕਦੀ ਨਾ ਕਦੀ ਤੁਹਾਡਾ ਪਰਨਾ ਜਿਹੜਾ ਇੰਨਾ ਸੋਹਣਾ ਬਣਿਆ ਜਾਏਗਾ ਕਿ ਤੁਸੀਂ ਸਾਰਿਆਂ ਨੂੰ ਦੱਸੋਗੇ ਕਿ ਹਾਂ ਇਹ ਪਰਨਾ ਮੈਂ ਖੁਦ ਬੰਨਿਆ ਹੋਇਆ ਅਤੇ ਮੈਂ ਇਹਦੇ ਉੱਤੇ ਇੰਨੀ ਮਿਹਨਤ ਕੀਤੀ ਸੀ ਤਾਂ ਇੱਦਾਂ ਦਾ ਪਰਨਾ ਬਣਿਆ। ਕੋਸ਼ਿਸ਼ ਕਰਨੀ ਨਾ ਛੱਡੋ, ਤੁਸੀਂ ਕੋਸ਼ਿਸ਼ ਕਰੋ, ਬਿਨਾਂ ਕੋਸ਼ਿਸ਼ ਤੋਂ ਕੁਛ ਹਾਸਿਲ ਨਹੀਂ ਹੁੰਦਾ। ਮਿਹਨਤ ਕਰੋਗੇ ਤਾਂ ਹੀ ਪਤਾ ਚੱਲੂਗਾ ਕਿ ਹਾਂ ਮਿਹਨਤ ਦੇ ਪਿੱਛੇ ਕਾਮਯਾਬੀ ਹੁੰਦੀ ਹੈ ਹਮੇਸ਼ਾ। ਅਤੇ ਮੈਂ ਤੁਹਾਨੂੰ ਇਹੀ ਸਾਰਿਆਂ ਨੂੰ, ਵੀਰਾਂ ਨੂੰ ਜਿੰਨੇ ਵੀ ਹੈਗੇ ਸਭ ਨੂੰ ਇਹ ਕਹਾਂਗਾ, ਕੋਸ਼ਿਸ਼ ਕਰਿਆ ਕਰੋ। ਅਤੇ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਸੇਮ ਉਹਦੇ ਵਰਗਾ ਬਣ ਲਓ, ਕੁਛ ਟਾਈਮ ਲੱਗਦਾ ਇਹ ਸਾਰੀ ਚੀਜ਼ਾਂ ਵਾਸਤੇ, ਕੁਛ ਟਾਈਮ ਲੱਗਦਾ। ਹਾਂਜੀ ਵੀਰੋ, ਜਿੱਦਾਂ ਕਿ ਮੈਂ ਤੁਹਾਨੂੰ ਦਿਖਾਉਣ ਲੱਗਾ ਕਿ ਕਿਸ ਤਰੀਕੇ ਨਾਲ ਬਣਨਾ ਹੈਗਾ। ਪਹਿਲੇ ਮੈਂ ਬੇਸ ਬੰਨਿਆ ਹੋਇਆ, ਇਹ 1.5 ਮੀਟਰ ਦਾ ਹੈਗਾ ਪਰਨਾ, ਛੋਟਾ ਹੈਗਾ, ਇਹਨੂੰ ਮੈਂ ਬੰਨਿਆ ਹੋਇਆ। ਅਤੇ ਜਿਹੜਾ ਮੇਰਾ ਦੂਜਾ ਪਰਨਾ ਹੈਗਾ ਜਿਹਨੂੰ ਮੈਂ ਬੰਨਣਾ ਹੈਗਾ, ਉਹ ਹੈਗਾ ਮੇਰਾ 1 ਮੀਟਰ 2 ਮੀਟਰ ਦਾ ਹੈਗਾ, ਇਹ ਦੇਖ ਸਕਦੇ ਹੋ 2x1 ਦਾ 1 ਮੀਟਰ ਚੌੜਾਈ ਹੈ ਇਹਦੀ, ਅਤੇ ਜਿਹੜੀ 2 ਮੀਟਰ ਇਹਦੀ ਲੰਬਾਈ ਆ। ਅਤੇ ਸਭ ਤੋਂ ਪਹਿਲੇ ਅਸੀਂ ਇਹ ਕੋਨਿਆਂ ਨੂੰ ਲੈ ਕੇ ਇਹਨੂੰ ਅਸੀਂ ਅੰਦਰਲੀ ਸਾਈਡ 'ਤੇ ਮੋੜਾਂਗੇ ਇਸ ਤਰੀਕੇ ਨਾਲ, ਠੀਕ ਹੈ ਜੀ, ਇਹ ਦੇਖ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਇਹ ਵਾਲੀ ਚੀਜ਼ ਨੂੰ ਜਿਹੜੀ ਮੋੜੀ ਹੋਈ ਹੈ ਇਹਨੂੰ ਇੱਦਾਂ ਉੱਪਰ ਲੈ ਲੈਣਾ ਪਿੱਛੇ ਉਹਦੀ, ਇੱਦਾਂ ਉੱਪਰ ਲੈ ਕੇ ਹੋਰ ਇਹ ਵਾਲੇ ਨੂੰ ਇੱਧਰ ਲੈ ਕੇ ਜਾਣਾ। ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੰਨਾਂ ਤੋਂ ਉੱਪਰ ਰੱਖਣਾ ਜਾਂ ਕੰਨਾਂ ਤੋਂ ਥੱਲੇ ਲੈ ਕੇ ਜਾਣਾ। ਜੇ ਤੁਸੀਂ ਕੰਨਾਂ ਤੋਂ ਥੱਲੇ ਲੈ ਕੇ ਜਾਣਾ ਤਾਂ ਤੁਸੀਂ ਇਹ ਜਿਹੜਾ ਪਹਿਲਾ ਲੈਣਾ ਹੈਗਾ ਇਹਨੂੰ ਕੰਨਾਂ ਤੋਂ ਥੱਲੇ ਵੀ ਲੈ ਸਕਦੇ ਹੋ, ਪਰ ਮੈਂ ਕੰਨਾਂ ਤੋਂ ਉੱਪਰ ਬੰਨਣਾ ਹੈ। ਇਹ ਦੇਖ ਸਕਦੇ ਹੋ ਉੱਪਰੋਂ ਦੀ ਪੂਰਾ ਢੱਕਿਆ ਗਿਆ, ਕਿਉਂਕਿ ਜਿਹੜਾ ਅਸੀਂ ਪਹਿਲਾਂ ਲੈਣ ਲਿੱਤਾ ਸੀਗਾ ਉਹ ਅਸੀਂ ਇਸ ਕਰਕੇ ਹੀ ਲਿੱਤਾ ਸੀਗਾ, ਉਹਨੂੰ ਇੱਕ ਵਾਰੀ ਮੈਂ ਆਖਿਰ 'ਚ ਫਿਰ ਸਮਝਾ ਦਾਂਗਾ ਕਿੱਦਾਂ ਲੈਣਾ ਹੈਗਾ। ਇਹ ਦੂਜਾ ਆ ਗਿਆ ਸਾਡਾ, ਔਰ ਤੀਜਾ ਲੜ ਆ ਗਿਆ, ਇਹ ਬੰਨਿਆ ਗਿਆ ਸਾਡਾ ਪਰਨਾ। ਇਹ ਕੰਨਾਂ ਤੋਂ ਉੱਪਰ ਲਾ ਹੈਗਾ, ਕੰਨ ਤੋਂ ਉੱਪਰ ਉੱਪਰ ਬੰਨਿਆ ਜਾਏਗਾ। ਪੂਰਾ ਉੱਪਰੋਂ ਦੀ ਢੱਕਿਆ ਹੈ ਕਿਉਂਕਿ ਇਹਦੇ ਥੱਲੇ ਅਸੀਂ ਬੇਸ ਬੰਨਿਆ ਸੀਗਾ। ਹੋਰ ਜੇ ਤੁਸੀਂ ਇਹਨੂੰ ਕੰਨਾਂ ਦੇ ਉੱਪਰ ਬੰਨਣਾ ਚਾਹੁੰਦੇ ਹੋ ਤਾਂ ਕੰਨਾਂ ਦੇ ਉੱਪਰ ਜਿਹੜੇ ਸਾਡਾ ਪਹਿਲਾਂ ਲੈਂਡ ਸੀਗਾ ਉਹਨੂੰ ਤੁਸੀਂ ਕੰਨਾਂ ਦੇ ਉੱਪਰੋਂ ਦੀ ਲਿਆਓ। ਅਤੇ ਇਹ ਵਾਲੀ ਜਿਹੜੀ ਚੀਜ਼ ਆ ਰਹੀ ਹੈ ਪਹਿਲੇ ਵਾਲੀ, ਇਹ ਕੰਨਾਂ ਦੇ ਉੱਪਰ ਆ ਜਾਏਗੀ, ਅਤੇ ਉਹਦੇ ਨਾਲ ਕੀ ਹੈ ਕਿ ਕੰਨ ਢੱਕੇ ਜਾਣਗੇ, ਅੱਧੇ ਢੱਕਣੇ ਆ, ਪੂਰੇ ਢੱਕਣੇ ਆ, ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਕਿੱਦਾਂ ਤੁਸੀਂ ਬੰਨਣਾ ਚਾਹੁੰਦੇ ਹੋ। ਇਹ ਹੈਗਾ ਗੋਲ ਪਰਨਾ, ਠੀਕ ਹੈ ਜੀ। ਅਤੇ ਹੁਣ ਅਗਲਾ ਇੱਕ ਵਾਰੀ ਮੈਂ ਤੁਹਾਨੂੰ ਫਿਰ ਖੋਲ੍ਹ ਕੇ ਦਿਖਾ ਦਿੰਦਾ। ਇਹ ਦੇਖੋ ਇੱਦਾਂ ਹੈਗਾ, ਇਹ ਵਾਲੇ ਪਾਰਟ ਨੂੰ ਅਸੀਂ ਇੱਦਾਂ ਮੋੜ ਲਿਆ,
ਇਹ ਜਿਹੜੀ ਕੰਨੀ ਹੈਗੀ ਇਹਦੇ ਨਾਲ ਲਾ ਲਿਆ ਇਸ ਤਰੀਕੇ ਨਾਲ, ਠੀਕ ਹੈ ਜੀ। ਅਤੇ ਇਹ ਵਾਲਾ ਪਾਰਟ ਜਿਹੜਾ ਹੈਗਾ ਇਹਨੂੰ ਫੜਨਾ ਹੈਗਾ ਸੀ, ਫੜ ਕੇ ਹੁਣ ਮੈਂ ਤੁਹਾਨੂੰ ਕੰਨਾਂ ਦੇ ਉੱਪਰੋਂ ਦੀ ਲੈ ਕੇ ਦਿਖਾਵਾਂਗਾ। ਇਹਨੂੰ ਪਿੱਛੇ ਲੈ ਗਏ, ਉੱਪਰੋਂ ਦੀ ਢੱਕ ਲਿਆ, ਹੁਣ ਕੰਨਾਂ ਦੇ ਉੱਪਰੋਂ ਦੀ ਜਾਏਗਾ। ਇਹਨੂੰ ਇੱਦਾਂ ਲਿਆ ਹੈ ਪਹਿਲੇ ਵਾਲੇ ਨੂੰ, ਇਹਦੇ ਨਾਲ ਅਸੀਂ ਬਲੌਕ ਕਰਤਾ ਇਹਨੂੰ, ਠੀਕ ਹੈ ਜੀ। ਇਹ ਹੋ ਗਿਆ ਬਲੌਕ, ਇਹ ਕੰਨ ਦੇ ਉੱਪਰੋਂ ਦੀ ਆ ਰਿਹਾ ਦੇਖੋ ਇੱਧਰੋਂ ਵੀ। ਸਿੱਧਾ ਕਰ ਲਿਆ ਸਾਰਾ, ਸਿੱਧਾ ਕਰਨ ਤੋਂ ਬਾਅਦ ਇਹ ਜਿਹੜਾ ਪੋਰਸ਼ਨ ਹੈਗਾ ਇਹ ਦੇਖੋ ਇਹ ਉੱਠਿਆ ਨਾ, ਇਹਨੂੰ ਪਿਛਲੀ ਸਾਈਡ 'ਤੇ ਲੈ ਜਾਣਾ, ਪਿਛਲੀ ਸਾਈਡ 'ਤੇ ਜਿਹੜਾ ਉੱਠਿਆ ਹੈ। ਫਿਰ ਇਹਨੂੰ ਇੱਦਾਂ ਲਿਆ ਕੇ ਉੱਪਰੋਂ ਦੀ ਉੱਪਰ ਉੱਪਰੋਂ ਦੀ ਜਿੰਨਾ ਵੀ ਤੁਹਾਨੂੰ ਲੱਗਦਾ ਬਾਹਰ ਹੈਗਾ ਪੋਰਸ਼ਨ ਉਹ ਸਾਰਿਆਂ ਨੂੰ ਦਬਾ ਦੇਣਾ, ਠੀਕ। ਫਿਰ ਆਖਰੀ ਲੈਣਾ ਹੈਗਾ ਹੁਣ ਸਾਡਾ ਸੇਮ ਉਹੀ ਪ੍ਰੋਸੀਜਰ, ਥੋੜ੍ਹਾ ਫੈਲਾ ਕੇ ਹੋਰ ਇਹਨੂੰ ਪਿਛਲੇ ਪਾਸੇ ਅੰਦਰ ਦੇ ਦੇਣਾ। ਇਹ ਹੋ ਗਿਆ ਤੁਹਾਡਾ ਕੰਨ ਢੱਕਣ ਵਾਲਾ, ਦੇ ਸਕਦੇ ਹੋ ਕੰਨ ਢੱਕਣ ਵਾਲਾ ਹੈਗਾ, ਉੱਪਰੋਂ ਦੀ ਪੂਰਾ ਢੱਕਿਆ ਹੋਇਆ ਸਾਰਾ ਇਸ ਤਰੀਕੇ ਨਾਲ ਪੂਰਾ ਆ ਗਿਆ। ਇਹ ਹੋ ਗਿਆ ਤੁਹਾਡਾ ਕੰਨ ਢੱਕਣ ਵਾਲਾ ਅਤੇ ਬਗੈਰ ਕੰਨ ਢੱਕੇ ਵਾਲਾ, ਤੁਹਾਨੂੰ ਮੈਂ ਦੋ ਦੱਸੇ ਬੜੇ ਆਸਾਨ ਤਰੀਕੇ ਨਾਲ ਹੈ। ਅਗਰ ਜੇ ਤੁਸੀਂ ਇਹਨੂੰ ਰੂਟੀਨ 'ਚ ਲੈ ਕੇ ਆਓਗੇ ਤਾਂ ਇਹ ਤੁਹਾਨੂੰ ਬੰਨਣਾ ਬੜਾ ਸੌਖਾ ਲੱਗੇਗਾ, ਕੋਈ ਮੁਸ਼ਕਿਲ ਨਹੀਂ ਹੈ ਇਹਦੇ ਅੰਦਰ। ਔਰ ਕਿਸੇ ਵੀ ਤਰੀਕੇ ਦੀ ਅਗਰ ਤੁਹਾਨੂੰ ਕੋਈ ਪ੍ਰਸ਼ਨ ਹੋਵੇ, ਤੁਹਾਡੇ ਦਿਮਾਗ 'ਚ ਕੋਈ ਕੁਐਸਚਨ ਹੋਵੇ ਜਾਂ ਕੋਈ ਚੀਜ਼ ਪੁੱਛਣੀ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਅਤੇ ਮੈਂ ਜਵਾਬ ਦੇਵਾਂਗਾ ਤੁਹਾਨੂੰ। ਕਿ ਹੋਰ ਵੀ ਬਥੇਰੇ ਤਰੀਕੇ ਹੈਗੇ ਪਰਨੇ ਬੰਨਣ ਦੇ, ਲੇਕਿਨ ਮੈਨੂੰ ਜ਼ਿਆਦਾ ਸੌਖਾ ਇਹੀ ਲੱਗਦਾ ਕਿ ਇਹ ਜਲਦੀ ਬੰਨਿਆ ਜਾਂਦਾ ਅਤੇ ਮਿੰਟਾਂ ਸਕਿੰਟਾਂ 'ਚ ਬੰਨਿਆ ਜਾਂਦਾ। ਜਦੋਂ ਉੱਥੇ ਤੁਹਾਨੂੰ ਜਲਦੀ 'ਚ ਕਿਸੇ ਜਾਣਾ ਹੈਗਾ ਅਤੇ ਤੁਸੀਂ ਪੱਗ ਵੀ ਨਹੀਂ ਬੰਨ ਸਕਦੇ ਤਾਂ ਤੁਹਾਨੂੰ ਪੱਗ ਦੇ ਹਿਸਾਬ ਨਾਲ ਟਾਈਮ ਘੱਟ ਲੈਂਦਾ ਅਤੇ ਤੁਸੀਂ ਫਟਾਫਟ ਇਹਨੂੰ ਬੰਨ ਕੇ ਕਿਤੇ ਵੀ ਜਾ ਸਕਦੇ ਹੋ ਅਤੇ ਤੁਹਾਨੂੰ ਜਚੇਗਾ ਵੀ ਹੈ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਵੀ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਮੇਰੇ ਹੋਰ ਵੀ ਬਹੁਤ ਸਾਰੇ ਵੀਡੀਓ ਹੈਗੇ ਜਿਨ੍ਹਾਂ ਨੂੰ ਤੁਸੀਂ ਦੇਖ ਚੁੱਕੇ ਹੋ ਅਤੇ ਉਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਛੋਟੇ ਤੋਂ ਛੋਟੇ ਵੀਰ ਕੋਲ, ਵੱਡੇ ਤੋਂ ਵੱਡੇ ਵੀਰ ਕੋਲ ਪਹੁੰਚਣ ਅਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਨਵੀਂ ਵੀਡੀਓ ਬਣਾਉਣ 'ਚ ਪ੍ਰੋਤਸਾਹਨ ਮਿਲੇ। ਥੈਂਕ ਯੂ ਵੈਰੀ ਮੱਚ।